पाँच पाँच महीने की सैलरी नहीं दी जा रही है, साल साल भर का ओवरटाइम नहीं दिया जा रहा है। अब हमारी प्रॉब्लम है 30 तक ताला लगाएंगे और वर्कर को बड़ी वर्कर कहीं जान भी नहीं दे रहा है, और जुलाई अगस्त का हमारी जो सैलरी स्लिप वो भी नहीं मिल रहा है। क्या ऐसे हो रहा है मजदूर के साथ में? जब तुम्हारे को नहीं चुना था तो मजदूर को जान लो, मत जान को अंदर। नहीं, आपको जबरदस्ती कैद किया हुआ अंदर, क्या कैसे आप बाहर आ रहे हैं? जबरदस्ती कैद हमारे कोई भी पैसा देने का राजी नहीं जा रहा है, इसके कारण हम अपना ड्यूटी कर रहे हैं। मगर हमें ये नहीं बोला जा रहा है कि है ना हमारे पास काम नहीं है, आप लोग अपना घर पे जाइए। और इसके बाद नहीं हमें स्लिप दिया जा रहा है 2 महीने का, और हमें ना पैसा दिया जा रहा है। पैसे के लिए ही हम लोग मजबूर है, इसके कारण हमें धोखा में है ना डाल रहे हैं। कोई जवाब जानता हो जानता हो जानता ਜਿਹੜਾ ਅੱਜ ਫੇਰ ਤੁਸੀਂ ਸਟਰਗਲ ਕਰ ਰਹੇ ਹੋ ਜਿਹੜਾ ਜੇਸੀ ਡੀਮਲ ਦੇ ਖਿਲਾਫ, ਕੀ ਅੱਜ ਪ੍ਰੋਬਲਮ ਹੈਗੀ? ਸਾਡੇ ਵਰਕਰਾਂ ਨਾਲ ਹੋ ਰਿਹਾ ਧੱਕਾ, ਬਹੁਤ ਜ਼ਿਆਦਾ ਧੱਕਾ ਹੋ ਰਿਹਾ। ਵਿਚਾਰੇ ਬਹੁਤ ਜ਼ਿਆਦਾ ਪਰੇਸ਼ਾਨ ਆ, 4 ਮਹੀਨੇ ਦੀ ਸੈਲਰੀ ਹੋ ਗਈ ਆ, ਇੱਕ ਵੀ ਰੁਪਈਆ ਨਹੀਂ ਦੇ ਰਹੇ, ਸਲਿੱਪਾਂ ਤੱਕ ਨਹੀਂ ਕੱਢ ਰਹੇ। ਸੈਲਰੀਆਂ ਨੂੰ ਪਤਾ ਇਹਨਾਂ ਨੇ ਦੇਣੀਆਂ ਨਹੀਂ ਆ ਸੈਲਰੀ, ਬੋਨਸ ਰੁਕਿਆ ਹੋਇਆ ਵਾ ਵਿਚਾਰਿਆਂ ਦੇ। ਬੰਦੇ ਉਹਨਾਂ ਦੇ ਨਿਆਣੇ ਬਿਮਾਰ ਆ, ਉਹਨਾਂ ਨੂੰ ਐਡਮਿਟ ਕਰਨ ਲਈ ਕੋਈ ਹਸਪੀਟਲ ਨਹੀਂ ਆ, ਕਿੱਥੋਂ ਕਰਾਊਗੇ ਉਹ ਐਡਮਿਟ? ਇਹ ਆਪ ਬੈਠੇ ਆ ਦਿੱਲੀ ਜਾ ਕੇ ਸਿੱਧਾ ਸਾਹਿਬ। ਜਿਹੜੇ ਅੰਦਰ ਲੇਬਰ ਆਪਣੀ ਹੈਗੀ ਹੈ, ਕੀ ਇਹਨੂੰ ਜ਼ਬਰਦਸਤੀ ਕੈਦ ਕੀਤਾ ਹੋਇਆ? ਇਹ ਜ਼ਬਰਦਸਤੀ ਕੈਦ ਹੈ ਨਾ, ਇਹਨਾਂ ਨੂੰ ਰਿਜ਼ਾਈਨ ਕਹਿ ਰਹੇ ਆ ਵੀ ਰਿਜ਼ਾਈਨ ਦਿਓ, ਨਾ ਉਹ ਕਹਿ ਰਹੇ ਆ ਵੀ ਪੈਸਾ ਦੇ ਰਹੇ ਆ। ਇਹ ਸਿਰਫ ਬੈਂਕਾਂ ਨੂੰ ਦਿਖਾ ਰਹੇ ਆ ਵੀ ਸਾਡੀ ਫੈਕਟਰੀ ਚੱਲ ਰਹੀ ਆ, ਇਹ ਸਿਰਫ ਬੈਂਕਾਂ ਨੂੰ ਦਿਖਾਉਣ ਲਈ ਇਹਨਾਂ ਤੋਂ ਹਾਜ਼ਰੀ ਲੈ ਰਹੇ ਆ, ਬਸ ਹੋਰ ਕੁਝ ਨਹੀਂ। ਸਰਕਾਰ ਦੇ ਨੁਮਾਇੰਦੇ ਨਾਲ ਗੱਲਬਾਤ ਹੋਈ ਕਿਸੇ? ਸਰਕਾਰ ਦੇ ਸਾਰੇ ਨੁਮਾਇੰਦਿਆਂ ਨੂੰ ਚਿੱਠੀਆਂ ਪਾਤੀਆਂ ਵਾਂ ਜੀ, ਹੁਣ ਆਪਾਂ ਨਾਲ ਇਹ ਧਰਨਾ ਰੋਸ਼ ਤੇ ਆਊਗਾ ਪੂਰੀ ਤਰ੍ਹਾਂ।